ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਇਸ ਸਰਕਾਰ ਦੇ ਵਿੱਚ ਬੀਤੇ ਕੁਝ ਕੁ ਦਿਨਾਂ ਦੇ ਵਿੱਚ ਕੁਝ MLAs ਕੈਬਨਿਟ ਮੰਤਰੀਆਂ ਦੇ ਵੱਲੋਂ ਆਪਣੇ ਹੀ ਅਫਸਰਸ਼ਾਹੀ ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਗਏ ਹੈ। ਹਾਲੇ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਬੁੱਢੇ ਨਾਲੇ ਦੇ ਪ੍ਰੋਜੈਕਟ ਨੂੰ ਲੈ ਕੇ ਖੁਦ MLA ਲੁਧਿਆਣਾ ਗੁਰਪ੍ਰੀਤ ਸਿੰਘ ਗੋਗੀ ਦੇ ਵੱਲੋਂ ਜਿਸ ਤਰ੍ਹਾਂ ਨੀਂਹ ਪੱਥਰ ਤੋੜਿਆ ਗਿਆ ਅਤੇ ਆਪਣੀ ਅਫਸਰਸ਼ਾਹੀ 'ਤੇ ਭੜਾਸ ਕੱਢੀ ਗਈ, ਉਸ ਤੋਂ ਬਾਅਦ ਇਹ ਜਿਹੜੀ ਵੀਡੀਓ ਅਨਮੋਲ ਗਗਨ ਮਾਨ ਜਿਹੜੇ ਕੈਬਨਿਟ ਮੰਤਰੀ ਅਤੇ ਦੂਸਰੇ ਪਾਸੇ ਗਾਇਕਾ ਵੀ ਰਹੇ ਹੈ, ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਜੇਕਰ ਕੋਈ ਮੇਰਾ ਨਾਮ ਲੈ ਕੇ ਪੈਸੇ ਮੰਗਦਾ ਆ ਤਾਂ ਤੁਸੀਂ ਉਸਦੀ ਰਿਪੋਰਟ ਕਰੋ, ਤੁਸੀਂ ਉਹ ਜਿਹੜੀ ਬੰਦਾ ਪੈਸੇ ਮੰਗਦਾ ਪਿਆ ਆ, ਕਿਉਂਕਿ ਇਹ ਦੇਖਣ ਨੂੰ ਮਿਲਦਾ ਪਿਆ ਹੈ ਕਿ ਲਗਾਤਾਰ ਖਰੜ ਦੀ ਗੱਲ ਕੀਤੀ ਹੋਵੇ ਭਾਵੇਂ ਉਹਨਾਂ ਨੇ, ਭਾਵੇਂ ਕਿ ਇਸ ਮਾਮਲੇ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਤਹਿਸੀਲਦਾਰ EO ਜਿਹੜੇ ਲੋਕ ਕੰਮ ਕਰਾਉਣ ਜਾਂਦੇ ਆ ਉਹਨਾਂ ਤੋਂ ਉਹ ਇਹ ਕਹਿ ਕੇ ਪੈਸੇ ਮੰਗ ਲੈਂਦੇ ਆ ਕਿ ਪੈਸੇ ਉੱਪਰ ਦੇਣੇ ਆ। ਅਤੇ ਅਨਮੋਲ ਗਗਨ ਮਾਨ ਨੇ ਜਦੋਂ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਅਸੀਂ ਜਲਦ ਹੀ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕਰਾਂਗੇ ਤਾਂ ਤੁਹਾਨੂੰ ਸ਼ਾਇਦ ਜਦੋਂ ਸਰਕਾਰ ਬਣਦੀ ਹੈ ਉਸ ਵੇਲੇ ਦਾ ਹੈਲਪਲਾਈਨ ਨੰਬਰ ਯਾਦ ਹੋਣਾ ਆ। ਜੇਕਰ ਯਾਦ ਆ ਜਨਾਬ ਤਾਂ ਤੁਸੀਂ ਇੱਕ ਵਾਰ ਜ਼ਰੂਰ ਉਹ ਦੁਹਰਾਉਣ ਦੀ ਜਾਂ ਆਪਣੇ ਫੋਨ ਨੰਬਰ ਤੋਂ ਕੱਢ ਕੇ ਚੈੱਕ ਕਰਨ ਦੀ ਕੋਸ਼ਿਸ਼ ਕਰਨਾ ਕਿ ਵਾਕਈ ਹੀ ਤੁਸੀਂ ਉਹ ਨੰਬਰ ਸੇਵ ਕਰ ਲਿਆ ਸੀ ਜਾਂ ਵਾਕਈ ਹੀ ਕਦੇ ਉਸ ਨੰਬਰ 'ਤੇ ਫੋਨ ਕੀਤਾ ਸੀ, ਕਿਉਂਕਿ ਉਸ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਇਹ ਕਿਹਾ ਸੀ ਕਿ ਉਸ ਨੰਬਰ 'ਤੇ ਜੇਕਰ ਕੋਈ ਵੀਡੀਓ ਜਾਂ ਕੋਈ ਇਸ ਤਰ੍ਹਾਂ ਦੀ ਫੋਟੋਗ੍ਰਾਫੀ ਭੇਜੂਗਾ ਜਿੱਥੇ ਕੋਈ ਰਿਸ਼ਵਤ ਲੈਂਦਾ ਦੇਖਿਆ ਗਿਆ ਹੋਵੇ ਤਾਂ ਉਸ 'ਤੇ ਤੁਰੰਤ ਕਾਰਵਾਈ ਹੋਵੇਗੀ। ਭਾਵੇਂ ਕਿ ਜਦੋਂ ਸਰਕਾਰ ਬਣਦੀ ਹੈ ਕਾਰਵਾਈਆਂ ਵੀ ਸਾਹਮਣੇ ਆਈਆਂ, ਉਸ ਤੋਂ ਬਾਅਦ ਇਲਜ਼ਾਮ ਵੀ ਲੱਗਦੇ ਰਹੇ ਕਿ ਲੋਕਾਂ ਨੇ ਸਾਡੇ 'ਤੇ ਗਲਤ ਪਰਚੇ ਕਰਾਏ ਆ, ਪਰ ਉਸ ਤੋਂ ਬਾਅਦ ਚੀਜ਼ਾਂ ਸ਼ਾਇਦ ਇੰਝ ਲੱਗਦਾ ਪਿਆ ਹੈ ਕਿ ਸ਼ਾਂਤ ਹੋ ਗਈਆਂ ਹੋਣ, ਪਰ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੌਰਾਨ ਇਹ ਚੀਜ਼ਾਂ ਸਾਹਮਣੇ ਆਉਣ ਲੱਗ ਪਈਆਂ ਨੇ। ਜੇਕਰ ਗੱਲ ਕੀਤੀ ਜਾਵੇ ਅਨਮੋਲ ਗਗਨ ਮਾਨ ਦੇ ਵੱਲੋਂ ਇੱਕ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਆਏ ਹੋਏ ਸਨ, ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਕੁਝ ਲੋਕ ਇੱਥੇ ਪੈਸੇ ਇਸ ਅੰਦਾਜ਼ ਦੇ ਵਿੱਚ ਮੰਗਦੇ ਆ ਕਿ ਅਸੀਂ ਪੈਸੇ ਉੱਪਰ ਪਹੁੰਚਾਉਣੇ ਹੈ ਅਤੇ ਦੂਸਰੇ ਪਾਸੇ ਕੰਮ ਤਾਂ ਹੀ ਹੋਣੇ ਆ। ਅਜਿਹੇ ਦੇ ਵਿੱਚ ਅਨਮੋਲ ਗਗਨ ਮਾਨ ਦਾ ਇਹ ਜ਼ਿਕਰ ਕਰਨਾ ਕਿ ਅਸੀਂ ਅਜਿਹੇ ਲੋਕਾਂ 'ਤੇ ਕਾਰਵਾਈ ਕਰਾਂਗੇ ਜਾਂ ਪੈਸੇ ਮੰਗੇ ਜਾ ਰਹੇ ਆ, ਸਰਕਾਰ ਜਦੋਂ ਅਜਿਹੀਆਂ ਗੱਲਾਂ ਖੁਦ ਆਪਣੇ ਮੂੰਹੋਂ ਕਹਿਣ ਲੱਗ ਜਾਣ, ਆਪਣੀ ਅਫਸਰਸ਼ਾਹੀ ਨੂੰ ਕਹਿਣ ਲੱਗ ਜਾਣ, ਤਾਂ ਤੁਹਾਨੂੰ ਪੰਜਾਬ ਦੇ ਵਿੱਚ ਪ੍ਰਸ਼ਾਸਨ ਅਤੇ ਅਫਸਰਸ਼ਾਹੀ ਦੇ ਜਿਹੜਾ ਇੱਕ ਮਿਲਾਪ ਦੇ ਨਾਲ ਪੂਰਾ ਸਿਸਟਮ ਚੱਲਦਾ ਹੁੰਦਾ ਹੈ, ਉਸ ਸਿਸਟਮ ਦੇ ਵਿੱਚ ਵੱਡਾ ਲੂਪ ਹੋਲ ਸਮਝ ਜਾਣਾ ਤੁਸੀਂ ਕਿ ਇਹ ਹੁੰਦਾ ਕੀ ਪਿਆ ਹੈ। ਭਾਵੇਂ ਕਿ ਹਾਲੇ ਮਹਿਜ਼ ਜ਼ਿਮਨੀ ਚੋਣ ਜਿੱਤ ਕੇ ਹਟਿਆ ਅਤੇ 4 ਤੋਂ 5 ਥਾਵਾਂ 'ਤੇ ਜ਼ਿਮਨੀ ਚੋਣ ਆਉਣ ਵਾਲੀਆਂ ਨੇ। ਸਰਕਾਰ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਸਰਕਾਰ ਦੇ ਵੱਲੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਉਹ ਜਿਹੜਾ ਪੰਚਾਇਤੀ ਚੋਣੀ ਨਿਸ਼ਾਨ ਹੁੰਦਾ ਹੈ ਪਾਰਟੀ ਦਾ ਉਹ ਵੀ ਵਰਤਣ ਦੀ ਨਾ ਗੱਲ ਕੀਤੀ ਗਈ ਹੋਵੇ। ਅਜਿਹੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਪਿਆ ਹੈ ਕਿ ਜਿੱਥੇ ਤੁਸੀਂ ਰਹਿੰਦੇ ਪਏ ਹੋ ਜੇਕਰ ਪ੍ਰਾਈਵੇਟ ਕੰਮ ਕਰਦੇ ਪਏ ਹੋ, ਤੁਹਾਡੇ ਸ਼ਹਿਰ ਹਲਕੇ ਦਾ ਹਾਲ ਇਹਨਾਂ ਵੈਦਰਸ ਦੇ ਵਿੱਚ ਸਾਉਣ ਦੇ ਮਹੀਨੇ ਤੋਂ ਬਾਅਦ ਜਿਹੜੇ ਮੀਂਹ ਪੈਂਦੇ ਪਏ ਆ ਕਿਸ ਤਰ੍ਹਾਂ ਦੇ ਆ, ਕਿ ਵਾਕਈ ਤੁਹਾਡਾ MCD ਨਗਰ ਨਿਗਮ ਜਾਂ ਤੁਹਾਡੀਆਂ ਗਲੀਆਂ ਨਾਲੀਆਂ ਦੇ ਵਿੱਚ ਪਾਣੀ ਖੜਦਾ ਪਿਆ ਹੈ, ਸੀਵਰੇਜ ਓਵਰਫਲੋ ਤਾਂ ਨਹੀਂ ਹੁੰਦਾ ਪਿਆ? ਅਤੇ ਦੂਸਰੇ ਪਾਸੇ ਜੇ ਕੁਝ ਲੋਕ ਸਰਕਾਰੀ ਅਦਾਰਿਆਂ ਦੇ ਵਿੱਚ ਜਾ ਕੇ ਕੰਮ ਕਰਵਾਉਂਦੇ ਆ, ਕੀ ਹੁਣ ਰਿਸ਼ਵਤਾਂ ਦਾ ਦੌਰ ਖਤਮ ਹੋ ਗਿਆ ਹੈ? ਜੇ ਤਾਂ ਜਨਾਬ ਖਤਮ ਹੋ ਗਿਆ ਤਾਂ ਵਾਕਈ ਹੀ ਮਾਨ ਸਰਕਾਰ ਦੇ ਵੱਲੋਂ ਜਿਹੜੇ ਕੰਮ ਕੀਤੇ ਗਏ ਆ ਬਾਕਮਾਲ ਹੈ, ਪਰ ਜੇ ਲੱਗਦਾ ਪਿਆ ਹੈ ਕਿ ਹਾਲੇ ਵੀ ਚੱਲਦਾ ਪਿਆ ਹੈ ਤਾਂ ਤੁਸੀਂ ਜ਼ਰੂਰ ਇਸ ਬਾਬਤ ਆਪਣੀ ਰਾਏ ਦੇਣ ਦੀ ਕੋਸ਼ਿਸ਼ ਕਰਨਾ।